चलो भाई। ओ बल्ले 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 ਇਹੀ ਅਸੀਂ ਸ਼ੋਅ ਕੀਤਾ ਅੱਜ ਤੱਕ। ਅੱਛਾ ਜੀ, ਇਹਦੀਆਂ ਸਾਰੀਆਂ ਟਰੋਫੀਆਂ ਨੇ। ਨਿਕਿਆਨੀ ਜੀ ਚੀਜ਼ ਦਾ ਕੰਮ ਬੜਾ ਕਰਦੇ ਲੱਗਦੇ ਹੋ ਮੈਨੂੰ। ਇਹ ਸੌਖੇ ਨੇ ਜੀ। ਆਹ ਜਿਹੜਾ ਸਮਾਨ ਆ ਇਹ ਬਿਰਿਆਨੀ ਰੱਖਦੇ ਨੇ, ਜਿਵੇਂ ਮੰਨ ਲਓ ਮਾੜਾ ਮੋਟਾ ਮੈਡੀਕਲ ਦਾ ਸਮਾਨ, ਆਹ ਇਹਨਾਂ ਦੇ ਘੁੰਮਣ ਵਾਸਤੇ ਬਣਾਇਆ ਹੋਇਆ ਸਾਰਾ। ਹਾਂਜੀ, ਇਹਨਾਂ ਤੋਂ ਬੱਚੇ ਲਵਾਂਗੇ, ਇਹਨਾਂ ਤੋਂ ਬੱਚੇ ਅੱਗੇ ਅੱਗੇ ਵਧਾਵਾਂਗੇ। ਨੇ ਵੀ ਸ਼ੋਅ ਤੇ ਗਈ ਆ, ਇਹ ਬਿਨ ਕਰਕੇ ਆਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਆਏ ਆ ਪਿੰਡ ਨਵਾਂ ਪਿੰਡ, ਤੇ ਵੀਰਾ ਚਮਕੌਰ ਸਿੰਘ ਗਰੇਵਾਲ ਤੇ ਇਹਨਾਂ ਦਾ ਗਰੇਵਾਲ ਕੈਨਲ ਆ। ਤੇ ਅੱਜ ਆਪਾਂ ਵੀਰੇ ਨਾਲ ਗੱਲਬਾਤ ਕਰਾਂਗੇ ਵੀ ਵੀਰਾ ਕਿਹੜੀਆਂ ਕਿਹੜੀਆਂ ਜਿਹੜੀਆਂ ਬਰੀਡ ਰੱਖਦਾ, ਤੇ ਕਿਹੜੇ ਕਿਹੜੇ ਸਟੱਡ ਨੇ ਵੀਰੇ ਕੋਲ, ਤੇ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਹੁੰਦੀ ਆ ਸਾਰੀ। ਤੇ ਹੋਰ ਵੀਰੇ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਸਾਡੇ ਯੂਟਿਊਬ ਚੈਨਲ ਤੇ। ਬਹੁਤ ਸਵਾਗਤ ਹੈ ਜੀ। ਹਾਂਜੀ, ਤੇ ਵੀਰੇ ਆਪਣੇ ਕੋਲ ਕਿਹੜੀ ਕਿਹੜੀ ਬਰੀਡ ਜਿਹੜੀਆਂ ਰੱਖੀਆਂ ਹੋਈਆਂ ਨੇ ਵੀਰੇ? ਆਪਣੇ ਕੋਲ ਚੌਚੌ, ਛਿੜਜੂ, ਬੀਗਲ, ਰੋਟਵੈਲਰ, ਚਾਰ ਨਸਲਾਂ ਸਾਡੇ ਕੋਲ ਨੇ। ਅੱਛਾ ਜੀ। ਹਾਂਜੀ, ਤੇ ਇਹਨਾਂ ਦੇ ਵਿੱਚੋਂ ਆਪਾਂ ਸ਼ੋਅ ਦੇ ਵਿੱਚ ਕਿਹੜੀ ਕਿਹੜੀ ਨਸਲ ਆ ਜਿਹੜੀ ਲਾਉਂਦੇ ਆ? ਜਿਵੇਂ ਸ਼ੋਅ ਅਸੀਂ ਇਸ ਸਾਲ ਤੋਂ ਹੀ ਸਟਾਰਟ ਕਰੇ ਆ। ਅੱਛਾ ਜੀ। ਅਸੀਂ ਪਹਿਲਾਂ ਮਤਲਬ ਮੈਂ ਜੌਬ ਵੀ ਕਰਦਾ। ਅੱਛਾ ਜੀ। ਹਾਂ, ਕਲੀਨਿਕ 'ਤੇ, ਪੈਟ ਕਲੀਨਿਕ 'ਤੇ। ਅੱਛਾ ਜੀ। ਅਤੇ ਇਸ ਲਈ ਸਾਡੇ ਕੋਲ ਟਾਈਮ ਘੱਟ ਦੇ ਹੁੰਦਾ ਸ਼ੋਅ ਲਈ, ਕਿਉਂਕਿ ਬਹੁਤ ਟਾਈਮ ਲੱਗਦਾ ਇਹਨਾਂ ਨੂੰ ਡੌਗ ਨੂੰ ਟ੍ਰੇਨ ਕਰਨ ਲਈ ਅਤੇ ਸ਼ੋਅ ਕਰਨ ਲਈ। ਅੱਛਾ, ਸਾਡੇ ਕੋਲ ਉਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਇੰਨਾ ਇਹਨਾਂ ਨੂੰ ਦੇ ਪਾਈਏ। ਮੇਰੇ ਮਤਲਬ ਕਿ ਜਿਹੜਾ ਆਪਣਾ ਇਹ ਕੰਮ ਹੈ, ਬੇਸਿਕਲੀ ਆਪਾਂ ਬਿਜ਼ਨਸ ਲਈ ਸ਼ੁਰੂ ਕਰਿਆ ਸੀਗਾ ਜਾਂ ਆਪਾਂ ਇੱਕ ਸ਼ੌਂਕ ਆ ਜਾਂ ਕਿਵੇਂ ਆ? ਨਹੀਂ, ਪਹਿਲਾਂ ਤੋਂ ਤਾਂ ਸਾਡਾ ਸ਼ੌਂਕ ਸੀਗਾ ਇਹ। ਅੱਛਾ ਜੀ। ਮਤਲਬ ਜਦ ਤੋਂ ਸਕੂਲਿੰਗ ਟਾਈਮ ਤੋਂ ਅਸੀਂ ਪਹਿਲਾਂ ਤੋਂ ਘਰੇ ਰੱਖਦੇ ਹਾਂ ਡੌਗ। ਅੱਛਾ ਜੀ। ਮਤਲਬ ਹੌਲੀ ਹੌਲੀ ਜਿਵੇਂ ਪਤਾ ਲੱਗਿਆ ਬਾਹਰੋਂ, ਅਤੇ ਸਾਡਾ ਸ਼ੌਂਕ ਹੀ ਕਿੱਤਾ ਬਣ ਗਿਆ। ਹਾਂ, ਇਹ ਵਧੀਆ ਗੱਲ ਆ। ਮਤਲਬ ਕਿ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਜਿਹੜੀ ਬੇਰੁਜ਼ਗਾਰੀ ਅੱਜ ਕੱਲ੍ਹ ਉਹੀ ਲੋਕ ਕਹੀ ਜਾਂਦੇ ਨੇ, ਜੇ ਆਪਾਂ ਚਾਹੀਏ ਤਾਂ ਆਪਾਂ ਵੀ ਇੱਕ ਵਧੀਆ ਕੰਮ ਘਰੇ ਬੈਠ ਕੇ ਤੋਰ ਸਕਦੇ ਹਾਂ। ਬਿਲਕੁਲ, ਇੱਕ ਤਾਂ ਤੁਹਾਨੂੰ ਇਹ ਬਹੁਤ ਤੁਹਾਡਾ ਮੈਂਟਲੀ ਸਟ੍ਰੈਸ ਘਟਾਉਂਦੇ ਆ। ਹਾਂਜੀ। ਜਦ ਤੁਸੀਂ ਬਾਹਰੋਂ ਆਉਂਦੇ ਹੋ, ਤੁਹਾਨੂੰ ਇੰਨਾ ਪਿਆਰ ਕਰਦੇ ਆ ਬੱਚਿਆਂ ਵਾਂਗ, ਤੁਹਾਨੂੰ ਖੇਡਦੇ ਆ, ਤੁਹਾਡੇ ਨਾਲ ਟੱਪਦੇ ਆ, ਜਿੰਨਾ ਟਾਈਮ 10-15 ਮਿੰਟ ਤੁਹਾਡੇ ਨਾਲ ਇਹ ਘੁਲ ਮਿਲ ਨਹੀਂ ਲੈਂਦੇ ਜਾਂ ਤੁਸੀਂ ਬਾਹਰੋਂ ਆਉਂਦੇ ਹੋ, ਤਾਂ ਉਨਾ ਟਾਈਮ ਇਹ ਬਹਿੰਦੇ ਨਹੀਂ ਟਿੱਕ ਕੇ ਜਿੰਨਾ ਟਾਈਮ ਤੁਸੀਂ ਇਹਨਾਂ ਨੂੰ ਪਿਆਰ ਨਹੀਂ ਕਰਦੇ। ਹਾਂ ਜੀ, ਹਾਂ, ਮੈਂ ਦੇਖ ਰਿਹਾ ਤੁਹਾਡੇ ਅੰਦਰ ਇੱਥੇ ਆਮੇ ਫਿਰੀ ਜਾਂਦੇ ਨੇ, ਜਿਵੇਂ ਉਹ ਕੋਈ ਸੂਕ ਜੀ ਵਾਲਾ ਕੰਮ ਨਹੀਂ ਹੈਗਾ। ਨਹੀਂ, ਅਸੀਂ ਬਿਲਕੁਲ ਨਹੀਂ ਇਹਨਾਂ ਤੋਂ ਸੂਕ ਨਹੀਂ ਮੰਨਦੇ, ਬੁਰਾ ਨਹੀਂ ਮੰਨਦੇ। ਹਾਂਜੀ, ਬੱਚਿਆਂ ਵਾਂਗ ਹੀ ਅਸੀਂ ਇਹਨਾਂ ਨੂੰ ਟ੍ਰੀਟ ਕਰਦੇ ਹਾਂ। ਹਾਂ ਜੀ, ਹਾਂ, ਨਹੀਂ ਸਹੀ ਆ। ਤੇ ਮੈਂ ਪਿੱਛੇ ਵੀਰੇ ਪਈਆਂ ਟਰੋਫੀਆਂ ਦੇਖਦਾ, ਇਹ ਕਿੰਨਾਂ ਦੀਆਂ ਨੇ? ਇਹਨਾਂ ਦੀਆਂ ਨੇ ਇਹ? ਹਾਂਜੀ, ਇਹ ਇਹਨਾਂ ਦੀਆਂ ਨੇ। ਅਸੀਂ ਇਸ ਸਾਲ ਤੋਂ ਹੀ ਸਟਾਰਟ ਕਰਿਆ, ਉਹ ਵੀ ਸਾਡੇ ਮੇਰੇ ਫਰੈਂਡ ਸਰਕਲ ਦੇ ਕਹਿਣ 'ਤੇ ਵੀ ਤੁਹਾਨੂੰ ਥੋੜ੍ਹਾ ਬਹੁਤ ਬਾਹਰ ਜਾਣਾ ਚਾਹੀਦਾ, ਟਾਈਮ ਦੇਣਾ ਚਾਹੀਦਾ, ਟਾਈਮ 'ਚੋਂ ਟਾਈਮ ਕੱਢ ਕੇ। ਅਸੀਂ ਇਸ ਸਾਲ ਹੀ ਸਾਡੇ ਕੋਲ ਚੌਚੌ ਫੀਮੇਲ ਆ, ਨੇੜੇ ਹੋ ਕੇ ਦਿਖਾ ਦਿਓ ਜੀ, ਆਜੋ 15 ਇੰਚ ਕਰਾਂ। ਅੱਛਾ ਜੀ। ਅਸੀਂ ਉਹਨੂੰ ਇਸ ਸਾਲ ਸ਼ੋਅ 'ਤੇ ਸ਼ੋਅ ਕਰਿਆ ਸੀ ਫੀਮੇਲ ਨੂੰ। ਹਾਂਜੀ। ਤਾਂ ਅਸੀਂ ਜਿੱਥੇ ਵੀ ਗਏ ਹਾਂ, ਹਾਂਜੀ, ਅਸੀਂ ਕਿਤੋਂ ਖਾਲੀ ਨਹੀਂ ਮੁੜੇ ਹੈਗੇ। ਅੱਛਾ ਜੀ। ਹਾਂਜੀ। ਤੇ ਇਹ ਸਾਰੀ ਖਾਸਾ ਬੜਾ ਕੱਪ ਜਿਹਾ, ਇਹ 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 ਕਿੱਥੋਂ ਦਾ ਵੀਰੇ? ਇਹ ਸੀ ਨਾ ਭਿੱਖੀ ਸੀਗਾ ਡੌਗ ਸ਼ੋਅ। ਹਾਂਜੀ। ਚੌਚੌ ਦੀ ਸਪੈਸ਼ਲਟੀ ਸੀਗੀ। ਹਾਂਜੀ। ਉਹਦੇ 'ਚ ਇਹਦਾ ਸੈਕਿੰਡ ਨੰਬਰ ਪਿਆ ਸੀਗਾ ਜੀ, ਚੌਚੌ ਦੀ ਸਪੈਸ਼ਲਟੀ 'ਚ। ਅੱਛਾ ਜੀ। ਹਾਂਜੀ, ਠੀਕ ਹੈ। ਤੇ ਆਪਣੇ ਕੋਲ ਫੀਮੇਲ ਚੌਚੌ ਇੱਕੇ ਆ? ਇੱਕੇ ਫੀਮੇਲ ਆ ਫਿਲਹਾਲ। ਅੱਛਾ ਜੀ। ਇਹ ਇੱਕ ਫੀਮੇਲ ਸਾਡੇ ਕੋਲ ਹੋਰ ਹੈਗੀ ਆ। ਅੱਛਾ ਜੀ। ਉਹ ਮੇਰਾ ਪਾਰਟਨਰ ਆ। ਹਾਂਜੀ। ਬਲਵਿੰਦਰ ਸਿੰਘ ਪਾਡਿਆਲ ਤੋਂ, ਬਾਲਾ ਬਾਲਾ ਕਹਿੰਦੇ ਆ। ਬਾਜੋ ਬਾਜੋ। ਹਾਂਜੀ। ਤੇ ਉਹ ਅਸੀਂ ਦੋ ਬੱਚੀਆਂ ਪਾਲੀਆਂ ਹੋਈਆਂ ਨੇ ਘਰੇ ਹੁਣ, ਜਿਹੜੀਆਂ ਸਟਾਰਟਿੰਗ 'ਚ ਨੇ। ਅੱਗੇ ਅੱਗੇ ਅਸੀਂ ਵਧਾਵਾਂਗੇ, ਹੁਣ ਇਹਨਾਂ ਤੋਂ ਬੱਚੇ ਲਵਾਂਗੇ, ਅੱਗੇ ਅੱਗੇ ਵਧਾਵਾਂਗੇ। ਇਹਨਾਂ ਦੀ ਏਜ ਕਿੰਨੀ ਕੁ ਆਪਣੇ ਦੋਨਾਂ? ਉਹਦੀ ਓਏ, ਇੱਕ 6 ਮੰਥ ਦੀ ਆ ਸਾਡੀ ਫੀਮੇਲ। ਹਾਂਜੀ। ਤੇ ਇੱਕ ਇਹ 9 ਮੰਥ ਪਲੱਸ ਹੋ ਗਈ ਆ। ਅੱਛਾ ਜੀ। ਹਾਂਜੀ, ਜਿਹਦੀਆਂ ਇਹ ਟਰੋਫੀਆਂ ਨੇ। ਅੱਛਾ, 9 ਮੰਥ ਪਲੱਸ ਹੋ ਗਈ, ਮਤਲਬ ਕਿ ਫਿਰ ਹਜੇ ਬਰੀਡਿੰਗ ਲਈ ਲਊਗੀ ਟਾਈਮ ਥੋੜਾ ਜਿਹਾ? ਨਹੀਂ, ਲਗਭਗ। ਅੱਛਾ ਜੀ, ਨੇੜੇ ਹੀ ਆ ਬਰੀਡਿੰਗ ਦੇ ਇਹ। ਅੱਛਾ, ਨੇੜੇ ਹੀ ਆ, ਠੀਕ ਹੈ ਜੀ, ਠੀਕ ਹੈ ਜੀ, ਠੀਕ। ਚੰਦੋ, ਨਹੀਂ ਸਹੀ ਆ। ਹਾਂਜੀ। ਤੇ ਇਹ ਇਹ ਆ 9 ਮਹੀਨੇ ਦੀ? ਹਾਂਜੀ, ਇਹ 9 ਮਹੀਨੇ ਪਲੱਸ ਹੋ ਗਈ ਜੀ। ਹਾਂਜੀ, ਇਹ ਮੇਰਾ ਡੌਗ ਆ, ਇਹੀ ਅਸੀਂ ਸ਼ੋਅ ਕੀਤਾ ਅੱਜ ਤੱਕ। ਅੱਛਾ ਜੀ। ਇਹਦੀਆਂ ਸਾਰੀਆਂ ਟਰੋਫੀਆਂ ਨੇ, ਜਿੰਨੇ ਵੀ ਸ਼ੋਅ ਤੇ ਗਈ ਆ ਇਹ ਬਿਨ ਕਰਕੇ ਆਈ ਆ। ਵੱਢਦੀ ਤਾਂ ਨਹੀਂ ਹੈਗੀ? ਨਹੀਂ, ਬਿਲਕੁਲ ਨਹੀਂ ਵੱਢਦੀ ਜੀ। ਨਹੀਂ। ਅੱਛਾ, ਇਹ ਇਹ ਆ ਵੀਰੇ ਆਪਣੀ ਜਿਹੜੀ ਸ਼ੋਅ ਚਲਾਉਂਦੇ ਆਪਾਂ? ਹਾਂਜੀ, ਇਹ ਫਸਟ ਟਾਈਮ ਆਪਾਂ ਸਟਾਰਟ ਕਰਿਆ। ਹਾਂਜੀ। ਇਹਦਾ ਨਾਮ ਸ਼ਿੰਦੂ ਆ। ਅੱਛਾ, ਫੀਮੇਲ ਆ ਇਹ। ਅੱਛਾ ਜੀ। ਤੇ ਇਹਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ। ਅੱਛਾ ਜੀ। ਡੌਗ ਸ਼ੋਅਾਂ ਦੇ ਜਿਹੜਾ ਪਿੱਛੇ ਬੜਾ ਸਾਰਾ ਕੱਪ ਪਿਆ ਉਹ ਇਹਦਾ ਹੀ ਆ? ਹਾਂਜੀ, ਇਹਦਾ ਹੀ ਆ। ਅਸੀਂ ਫਸਟ ਟਾਈਮ ਇਹੀ ਪਹਿਲਾ ਡੌਗ ਆ ਜਿਹੜਾ ਅਸੀਂ ਸ਼ੋਅ ਕਰਿਆ। ਅੱਛਾ ਜੀ। ਹਾਂਜੀ, ਸਾਨੂੰ ਬਹੁਤ ਵਧੀਆ, ਜਿੱਥੇ ਵੀ ਗਏ ਹਾਂ ਤਾਂ ਅਸੀਂ ਕਿਤੋਂ ਖਾਲੀ ਨਹੀਂ ਮੁੜੇ। ਅੱਛਾ ਜੀ। ਹਾਂ, ਵੱਡੇ ਲੈਵਲ ਦੀਆਂ ਟਰੋਫੀਆਂ ਜਿੱਤ ਕੇ ਲਿਆਈ ਹੈ। ਤੇ ਇਹਦੀ ਕੋਈ ਉਮਰ, ਕੋਈ ਪਿੱਛਾ ਕੁਛ? ਇਹਦਾ ਜਿਹੜਾ ਫਾਦਰ ਆ ਉਹ ਚਾਈਨਾ ਤੋਂ ਇੰਪੋਰਟ ਆ ਡਾਇਰੈਕਟ। ਅੱਛਾ। ਇਹਦੀ ਮਦਰ ਵੀ ਆ ਜਿਹੜੀ ਬਹੁਤ ਚੰਗੀ ਲਾਈਨ ਦੀ ਆ। ਅੱਛਾ ਜੀ। ਹਾਂਜੀ, ਠੀਕ ਹੈ ਜੀ, ਠੀਕ ਹੈ। ਤੇ ਇਹ ਇਹ 9 ਮਹੀਨੇ ਦੀ ਆਪਣੀ ਇਹ? ਹਾਂਜੀ, 9 ਮਹੀਨੇ ਪਲੱਸ ਹੋ ਗਈ ਆ ਜੀ। ਅੱਛਾ ਜੀ। ਹਾਂਜੀ।
ਬਿਲਕੁਲ ਕੋਈ ਮਤਲਬ ਨਹੀਂ ਆ, ਕੋਈ ਆਈ ਜਾਏ ਕੋਈ ਜਾਈ ਜਾਏ, ਬਿਲਕੁਲ ਫਰੈਂਡਲੀ ਬਰੀਡ ਆ ਜੀ ਇਹ। ਉਲਟਾ ਜਿਵੇਂ ਬਾਲ ਵੀ ਟੈਡੀ ਬੀਅਰ ਵਰਗੇ ਨੇ। ਹਾਂਜੀ ਬਿਲਕੁਲ ਬਿਲਕੁਲ ਜੀ, ਬੱਚਿਆਂ ਵਾਂਗ ਅਸੀਂ ਇਹਨੂੰ ਰੱਖਦੇ ਹਾਂ, ਸਾਰਾ ਦਿਨ ਫਲੋਰ ਤੇ ਖੁੱਲੀ ਰਹਿੰਦੀ ਆ, ਜਿੱਥੇ ਇਹਦਾ ਜੀ ਕਰਦਾ ਸੌਂਦੀ ਆ, ਜਿੱਥੇ ਜੀ ਕਰਦਾ ਬਹਿੰਦੀ ਆ, ਬਾਹਰ ਵਿਹੜੇ ਜਾਣਾ ਵਿਹੜੇ ਜਾਂਦੀ ਆ, ਆਪਦੀ ਮਰਜ਼ੀ ਦੀ ਮਾਲਕ ਹੈ ਜੀ ਇਹ। ਨਹੀਂ ਠੀਕ, ਇਹਨੂੰ ਕੋਈ ਬੰਧਨ ਨਹੀਂ ਹੈ, ਕੋਈ ਇਹਨੂੰ ਬਾਨ ਨਹੀਂ ਹੈ, ਜਿਹੜਾ ਕੁਛ ਇਹਦਾ ਦਿਲ ਕਰਦਾ ਉਹ ਖਾਂਦੀ ਆ। ਹਾਂ ਜੀ ਹਾਂ, ਸਹੀ ਹੈ ਜੀ, ਸਹੀ ਆ। ਅਤੇ ਬਾਕੀ ਉੱਦਾਂ ਹੋਰ ਇਹ ਜਿਹੜੇ ਆਪਾਂ ਗੱਲ ਕਰਦੇ ਸੀਗੇ ਵੀ ਆਪਣੇ ਕੋਲ ਬੇਬੀ ਹੁਣ ਜਿਵੇਂ ਮੰਨ ਲਓ ਕਿਸੇ ਨੇ ਲੈਣਾ ਹੋਵੇ ਪੱਪੀ ਛੋਟਾ ਡੇਢ ਮਹੀਨੇ ਦਾ, ਹਾਂਜੀ, ਅਤੇ ਉਹ ਆਪਣੇ ਕੋਲ ਹੁਣ ਇਸ ਟਾਈਮ ਕਿਹੜੇ ਕਿਹੜੇ ਪਏ ਨੇ? ਹਾਂਜੀ ਪੱਪੀ ਦੀ ਗੱਲ ਕਰਦੇ ਹੋ, ਪੱਪੀ ਜਿਹੜਾ ਵੀ ਕਹੋਗੇ ਸਾਰੇ ਪੱਪੀ ਸਾਡੇ ਕੋਲ ਲਗਭਗ ਅਵੇਲੇਬਲ ਹੁੰਦੇ ਆ। ਅੱਛਾ ਜੀ। ਹਾਂਜੀ, ਜਿਹੜਾ ਵੀ ਜਿਹੜੀ ਵੀ ਕਿਸੇ ਵੀ ਨਸਲ ਦਾ ਚੰਗੀ ਬਰੀਡ ਦਾ ਸਾਡੇ ਕੋਲ ਲਗਭਗ ਅਵੇਲੇਬਲ ਹੁੰਦੇ ਆ ਪੱਪੀ। ਜਾਣਦੇ ਹੋ ਤੁਸੀਂ ਜੇ ਨਹੀਂ ਵੀ ਹੋ ਆਪਣੇ ਉਰੇ ਕੈਨਲ ਤੇ ਤਾਂ ਆਪਾਂ ਪ੍ਰੋਵਾਈਡ ਕਰਵਾ ਦਾਂਗੇ। ਮੇਰਾ ਫਰੈਂਡ ਸਰਕਲ ਬਹੁਤ ਵਧੀਆ, ਬਹੁਤ ਵਧੀਆ ਬੰਦੇ ਆ, ਤੇ ਆਪਾਂ ਚੰਗੀ ਬਰੀਡ ਗਰੰਟੀ ਨਾਲ ਜ਼ਿੰਮੇਵਾਰੀ ਨਾਲ ਆਪਾਂ ਪ੍ਰੋਵਾਈਡ ਕਰਾ ਦਾਂਗੇ ਜੀ। ਮੈਨੂੰ ਪਰਸਨਲੀ ਆਹ ਨਸਲ ਜ਼ਿਆਦਾ ਵਧੀਆ ਲੱਗੀ। ਇਹਦੇ ਵੈਸੇ ਜ਼ਿਆਦਾਤਰ ਵੀਰੇ ਨੇ ਜਿਵੇਂ ਦੱਸਿਆ ਵੀ ਆਪਾਂ ਨੂੰ ਇੱਕ ਮਿੱਥੇ ਆ ਉਹ ਵੀ ਭਾਈ ਇਹ ਨਸਲ ਜਿਹੜੀ ਵੱਢਦੀ ਆ ਇਹ ਮਾਲਕ ਤੇ ਆ, ਓਨਰ ਤੇ ਆ ਵੀ ਉਹਨੂੰ ਕਿਵੇਂ ਰੱਖਦਾ ਅਤੇ ਉਹਨੂੰ ਉਹਦੀ ਟੇਕ ਕੇਅਰ ਕਿਵੇਂ ਕਰਦਾ। ਜਿਵੇਂ ਹੁਣ ਮੰਨ ਲਓ ਵੀ ਆਪਾਂ ਕਹਿ ਦਿੰਦੇ ਵੀ ਜਵਾਕ ਹਰ ਇੱਕ ਦੀ ਇੱਕੋ ਉਮਰ ਦੇ ਲਹਿਜੇ ਨਾਲ ਵੱਧਦੇ ਨੇ, ਪਰ ਕਿਸੇ ਦੇ ਵਿਗੜ ਜਾਂਦੇ ਨੇ ਅਤੇ ਕਿਸੇ ਦੇ ਚੰਗੇ ਰਹਿ ਜਾਂਦੇ। ਬਿਲਕੁਲ ਬਿਲਕੁਲ, ਆਹ ਗੱਲ ਵੀਰ ਤੁਹਾਡੀ ਬਿਲਕੁਲ ਸਹੀ ਆ। ਹਾਂਜੀ ਹਾਂ, ਅਤੇ ਉਹ ਪਰਵਰਿਸ਼ ਤੇ ਆਪਣੀ, ਬਿਲਕੁਲ ਪਰਵਰਿਸ਼ ਤੇ ਤੁਹਾਡੇ ਰੱਖ ਰਖਾ ਤੇ ਆ ਵੀ ਤੁਸੀਂ ਕਿਹੋ ਜਿਹਾ ਕਰਦੇ ਹੋ, ਕਿਹੋ ਜਿਹੀ ਉਹਨਾਂ ਨਾਲ ਤੁਸੀਂ ਤੁਹਾਡੀ ਅਟੈਚਮੈਂਟ ਆ ਤੁਹਾਡੇ ਜਾਨਵਰਾਂ ਨਾਲ, ਕਿਹੋ ਜਿਹਾ ਤੁਸੀਂ ਉਹਨਾਂ ਨੂੰ ਖਾਣਾ ਦਾਣਾ ਦਿੰਦੇ ਹੋ, ਕਿਵੇਂ ਤੁਸੀਂ ਬਾਹਰ ਅੰਦਰ ਉਹਨਾਂ ਨੂੰ ਲੈ ਕੇ ਜਾਂਦੇ ਹੋ। ਜੇ ਹੁਣ ਸਾਰਾ ਦਿਨ ਤੁਸੀਂ ਪਿੰਜਰੇ 'ਚ ਤਾੜ ਕੇ ਰੱਖਣਾ ਉਹਨਾਂ ਨੇ, ਬਿਲਕੁਲ ਫਰੈਂਡਲੀ ਹੋਣਾ ਨੀਗਾ, ਚਾਹੇ ਉਹ ਪੱਗ ਬਰੀਡ ਵੀ ਆ ਉਹ ਵੀ ਕੌੜ ਹੋ ਜੂਗੀ, ਉਹ ਵੀ ਵੱਢਣ ਲੱਗ ਜੂਗੀ ਤੁਹਾਨੂੰ। ਤੇ ਇਹਦਾ ਵੀਰੇ ਫਿਰ ਸ਼ੋਅ ਤਾਂ ਸਿਆਲਾਂ 'ਚ ਹੁੰਦਾ ਹੋਊਗਾ ਮੇਰੇ ਹਿਸਾਬ ਨਾਲ? ਹਾਂਜੀ, ਮੋਸਟਲੀ ਜਿਹੜੇ ਆਪਣੇ ਸ਼ੋਅ ਨੇ ਉਹ ਸਿਆਲਾਂ 'ਚ ਹੀ ਹੁੰਦੇ ਆ ਜੀ, ਲਗਭਗ ਹੁਣ ਜਿਵੇਂ ਮਾਰਚ ਆ ਗਿਆ ਹੁਣ ਬਿਲਕੁਲ ਆਪਣੇ ਬੰਦ ਹੋ ਜਾਣੇ ਆ, ਸ਼ੋਅ ਖਤਮ ਹੋ ਜਾਣੇ ਆ, ਚੜ੍ਹਦੇ ਸਿਆਲ ਤੋਂ ਸਟਾਰਟ ਹੋਣਗੇ, ਫਿਰ ਫਰਵਰੀ ਦੇ ਲਾਸਟ ਤੱਕ ਜਾਂ ਕੋਈ ਮਾਰਚ ਦੇ ਪਹਿਲੇ ਹਫ਼ਤੇ ਇੱਕ ਅੱਧਾ ਜਾਂ ਦੋ ਸ਼ੋਅ ਹੋ ਸਕਦੇ ਆ, ਗਰਮੀ 'ਚ ਸ਼ੋਅ ਨਹੀਂ ਹੁੰਦੇ ਇਹਨਾਂ ਦੇ। ਓਕੇ, ਹਾਂਜੀ। ਤੇ ਜਣਾ ਦੀ ਅਗਲੇ ਸਾਲ ਆਪਾਂ ਨੂੰ ਐ ਕਹੀਏ ਵੀ ਰੈਕ ਬਣਿਆ ਹੋਊ ਪੂਰਾ ਵੀ ਐਨ? ਹਾਂਜੀ, ਦੇਖੋ ਜੀ ਕੋਸ਼ਿਸ਼ ਹੈਗੀ ਆ, ਵੈਗਰੂ ਨੇ ਸਾਥ ਦਿੱਤਾ ਤਾਂ ਜ਼ਰੂਰ ਕਰਾਂਗੇ ਜੀ। ਹਾਂ, ਨਹੀਂ ਨਹੀਂ ਸਹੀ ਆ, ਟਾਈਮ ਦਵਾਂਗੇ, ਬਹੁਤ ਸੋਹਣੀ ਨਸਲ ਆ, ਬਹੁਤ ਟਾਈਮ 'ਚੋਂ ਟਾਈਮ ਕੱਢ ਕੇ ਟਾਈਮ ਦਵਾਂਗੇ ਜੀ ਸ਼ੋਆਂ ਲਈ। ਹਾਂਜੀ ਹਾਂ, ਤੇ ਕੋਸ਼ਿਸ਼ ਕਰਾਂਗੇ, ਵਾਹਿਗੁਰੂ ਮਿਹਰ ਕਰੂਗਾ ਜੀ। ਹਾਂਜੀ ਵੀਰੇ, ਇੱਕ ਜਿਹੜੀ ਇੱਕ ਚੀਜ਼ ਹੋਰ ਦੱਸੋ ਮੈਨੂੰ, ਜਿਵੇਂ ਮੰਨ ਲਓ ਇਹ ਨਸਲ ਆ, ਹਾਂਜੀ, ਇਹ ਪਤਾ ਕਿਵੇਂ ਲੱਗੂ ਇੱਕ ਅਣਜਾਣ ਬੰਦੇ ਨੂੰ ਵੀ ਇਹ ਪਿਓਰ ਨਸਲ ਆ ਜਾਂ ਉਹ ਆ? ਦੇਖੋ, ਮੇਨ ਚੀਜ਼ਾਂ ਆਮ ਹੀ ਬੰਦੇ ਨੂੰ ਜੱਜਮੈਂਟ ਹੋ ਜਾਂਦੀਆਂ ਨੇ। ਇੱਕ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਇਹਨਾਂ ਦੀ ਜੀਭ ਆ, ਇਹ ਪਰਪਲ ਹੁੰਦੀ ਆ ਜੀ। ਅੱਛਾ ਜੀ, ਦਿਖਾਓ ਬਤ ਜੀਭ, ਦੇਖੋ ਜੀ, ਜ਼ੂਮ ਕਰ ਦਿਓ ਵੀਰੇ, ਤੁਸੀਂ ਹੱਥ ਵੀ ਵਿੱਚ ਦੇਖੋ, ਜਿਵੇਂ ਮਰਜ਼ੀ ਕਰੋ ਜੀ, ਚਾਹੇ ਤੁਸੀਂ ਪਾ ਲਓ। ਅੱਛਾ ਜੀ, ਹਾਂਜੀ, ਕੋਈ ਚੱਕਰ ਨਹੀਂ, ਡਰ ਲੱਗਦਾ ਕਿਤੇ ਬੰਦੇ ਨਾ। ਇਹਨਾਂ ਦੀ ਜੀਭ ਪਰਪਲ ਹੁੰਦੀ ਆ ਜੀ, ਬਾਕੀ ਇਹਦਾ ਕੋਟ ਆ ਜਿਹੜਾ, ਹਾਂਜੀ, ਇਹਦਾ ਸਟਰਕਚਰ ਆ, ਕੋਟ ਆ, ਹਾਂਜੀ, ਤੇ ਇਹ ਚੀਜ਼ਾਂ ਕਰਦੀ ਆ ਡਿਪੈਂਡ, ਕਲੀਨ ਫੇਸ ਆ ਦੇਖੋ ਜੀ ਮਜ਼ਲ ਇਹਦੀ, ਇਹ ਚੀਜ਼ਾਂ ਬਰੀਡ ਮੈਟਰ ਦੱਸਦੀਆਂ ਨੇ ਵੀ ਬਰੀਡ ਕਿਹੋ ਜਿਹੀ ਆ। ਮੇਨ ਆਹੀ ਚੀਜ਼ਾਂ ਹੁੰਦੀਆਂ, ਸ਼ੋਅ ਵੀ ਤਾਂ ਹੀ ਜਿੱਤ ਰਹੀ ਹੈ। ਬਿਲਕੁਲ ਬਿਲਕੁਲ ਜੀ, ਸਾਨੂੰ ਹਲੇ ਡੌਗ ਇੰਨਾ ਸ਼ੋਅ ਕਰਨ ਦਾ ਐਕਸਪੀਰੀਅੰਸ ਨਹੀਂ ਹੈਗਾ ਉਹਨਾਂ ਤੇ, ਪਰ ਫਿਰ ਵੀ ਇਹ ਵਿਨ ਕਰਕੇ ਆਉਂਦੀ ਆ। ਜਿਵੇਂ ਝੋਟਾ ਕੀਲੇ ਦੇ ਸਿਰ ਤੇ ਤਾਂਗੜ ਦਾ ਹੁੰਦਾ ਵੀ ਇਹ ਆਪੇ ਤਕੜੀ ਆ, ਆਪੇ ਤਾਂਗੜ ਹੋਈ ਆ। ਸਹੀ ਬਿਲਕੁਲ ਬਿਲਕੁਲ, ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਐਡਾ ਰਿੰਗ 'ਚ ਸ਼ੋਅ ਕਰਨ ਦਾ, ਤੇ ਖੰਨੇ ਵੀ ਇਹ ਬੈਸਟ ਪੱਪੀ ਲੱਗੀ ਸੀਗੀ। ਅੱਛਾ ਜੀ, ਤੇ ਉੱਥੇ ਪਿੱਖੀ ਜਿਹੜਾ ਸਪੈਸ਼ਲਟੀ ਸੀਗੀ ਚੌਚੌ ਦੀ, ਉਹਦੇ 'ਚ ਵੀ ਸੈਕਿੰਡ ਪੱਪੀ ਲੱਗੀ ਸੀ ਇਹ। ਅੱਛਾ ਜੀ, ਹਾਂਜੀ, ਹਜੇ ਹੈਗੀ, ਹਾਲਾਂਕਿ ਨਿਆਣੀ ਹੋ, ਨਿਆਣੀ ਆ, ਹਾਂਜੀ ਨਿਆਣੀ ਆ, ਹਲੇ 9 ਮਹੀਨੇ ਪਲੱਸ ਹੋਈ ਆ ਜੀ, ਹਜੇ ਨੇ ਅਡਲਟ ਦੇ ਵਿੱਚ ਸ਼ਾਮਲ ਹੋਣਾ। ਹਾਂਜੀ, ਅਗਲੇ ਸਾਲ ਦੇਖਦੇ ਆ ਜੀ ਫਿਰ। ਜੀ 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 ਜੀ, ਨਹੀਂ ਸਹੀ ਆ। ਤੇ ਹੁਣ ਇਹਦਾ ਜਿਵੇਂ ਇਹਦੇ ਬਾਲਾਂ ਦੀ ਉੱਤੇ ਕੋਈ ਸਪੈਸ਼ਲ ਪ੍ਰੋਡਕਟ ਵੀ ਯੂਜ਼ ਕਰਦੇ ਹੋ? ਹਾਂਜੀ, ਇਹਨਾਂ ਨੂੰ ਬਾਲਾਂ ਨੂੰ ਸਾਂਭ ਸੰਭਾਲ ਲਈ ਇੱਕ ਤਾਂ ਮੰਨ ਕੇ ਚੱਲੋ ਅੱਧੇ ਤੋਂ ਪੌਣਾ ਘੰਟਾ ਰੋਜ਼ ਤੁਹਾਨੂੰ ਇਹਨੂੰ ਦੇਣਾ ਪੈਂਦਾ। ਅੱਛਾ ਜੀ, ਕੰਘੀ ਕਰਨ ਲਈ, ਸਾਫ ਕਰਨ ਲਈ, ਜਿਵੇਂ ਖਾਣਾ ਖਾਣ ਵੇਲੇ ਇਹ ਆ ਥੱਲੇ ਵਾਲੇ ਵਾਲ ਅਲਵੇੜ ਲੈਂਦੇ ਆ। ਅੱਛਾ, ਆ ਥੱਲੇ ਇਹ ਚੀਜ਼, ਹਾਂ ਇਹ ਚੀਜ਼ ਨੂੰ ਜਾਂ ਤਾਂ ਕੱਪੜਾ ਲਾਉਣਾ ਪੈਂਦਾ ਜਿਵੇਂ ਬੱਚਿਆਂ ਦੇ ਲਾਏ ਹੁੰਦੇ ਆ ਵੀ ਨਾਲ ਵੇੜ, ਠੀਕ ਹੈ, ਇਹ ਚੀਜ਼ਾਂ ਬਿਬ, ਹਾਂਜੀ, ਤੇ ਇਹ ਟਾਈਮ ਇਹਨੂੰ ਰੋਜ਼ ਦੀ ਰੋਜ਼ ਅੱਧੇ ਤੋਂ ਪੌਣਾ ਘੰਟਾ ਆਪਾਂ ਨੂੰ ਦੇਣਾ ਦੇਣਾ ਪੈਣਾ ਇਹਦੇ ਵਾਲਾਂ ਦੀ ਕੇਅਰ ਕਰਨ ਲਈ। ਤੇ ਕੋਈ ਪਰਟੀਕੁਲਰ ਪ੍ਰੋਡਕਟ, ਸ਼ੈਂਪੂ ਜਾਂ ਇੱਦਾਂ ਕੰਡੀਸ਼ਨਰ ਵਗੈਰਾ ਵੀ ਹੁੰਦਾ? ਹਾਂਜੀ, ਅਸੀਂ ਇੰਪੋਰਟਡ ਸ਼ੈਂਪੂ ਆ ਬਾਇਓਗਰੂਮ ਦਾ, ਉਹਦਾ ਹੀ ਅਸੀਂ ਇਹਨੂੰ ਸ਼ੈਂਪੂ ਵਰਤਦੇ ਹਾਂ, ਉਹੀ ਇਹਨੂੰ ਕੰਡੀਸ਼ਨਰ ਵਰਤਦੇ ਹਾਂ ਜੀ। ਅੱਛਾ ਜੀ, ਹਾਂਜੀ,
ਠੀਕ ਹੈ ਜੀ ਠੀਕ ਹੈ ਤੇ ਉਹ ਜਾਣ ਦੀ ਜ਼ਰੂਰੀ ਇਹ ਹੈ ਵੀ ਜਿਹੜੇ ਜਿਵੇਂ ਮੰਨ ਲਓ ਜਿਨ੍ਹਾਂ ਦੇ ਵਾਲ ਨੇ ਨਸਲ ਆ ਉਹੀ ਯੂਜ਼ ਕਰ ਸਕਦੇ ਨੇ ਜਾਂ ਕੋਈ ਵੀ ਯੂਜ਼ ਕੋਈ ਵੀ ਕਰ ਸਕਦਾ ਯੂਜ਼ ਜੀ ਜਿਹੜੀਆਂ ਵਾਈਟ ਕਲਰ ਦੀਆਂ ਨਸਲਾਂ ਨੇ ਉਹਨਾਂ ਨੂੰ ਜਿਵੇਂ ਉਹਨਾਂ ਦੇ ਅਲੱਗ ਅਲੱਗ ਚੰਗੀਆਂ ਕੰਪਨੀਆਂ ਦੇ ਸ਼ੈਂਪੂ ਆਉਂਦੇ ਆ ਜਿਹੜੇ ਜਿਹੜੇ ਕਲਰ ਲਈ ਜਾਂ ਜਿਵੇਂ ਵਾਈਟ ਲਈ ਵਾਈਟ ਨਸਲ ਆਉਂਦਾ ਸ਼ੈਂਪੂ ਉਸ ਤਰ੍ਹਾਂ ਅਲੱਗ ਅਲੱਗ ਸ਼ੈਂਪੂ ਆਉਂਦੇ ਆ ਉਹੀ ਆਪਾਂ ਵਰਤ ਸਕਦੇ ਹਾਂ ਹਾਂ ਠੀਕ ਹੈ ਕੋਈ ਐ ਨਹੀਂ ਆ ਕਿ ਪਰਟੀਕੂਲਰ ਲਈ ਹੀ ਕੋਈ ਸ਼ੈਂਪੂ ਐਵੇਂ ਆ ਠੀਕ ਹੈ ਤੇ ਉਹ ਸ਼ੈਂਪੂ ਵੀ ਚਲੋ ਆਪਾਂ ਥੱਲੇ ਲਿੰਕ ਪਾ ਦਾਂਗੇ ਜਿਹੜਾ ਤੁਸੀਂ ਮੈਨੂੰ ਭੇਜ ਦਿਓ ਕਿਸੇ ਨੇ ਰੱਖੀ ਵੀ ਹੋਵੇ ਨਸਲ ਤਾਂ ਬੰਦਾ ਉਹਨੂੰ ਬਾਏ ਕਰ ਲਊਗਾ ਮੰਗਵਾ ਲਊਗਾ ਹਨਾ ਜੀ ਜੀ ਜਿਵੇਂ ਵੀਰੇ ਹੁਣ ਇਹਦੇ ਵਾਲ ਬਹੁਤ ਜ਼ਿਆਦਾ ਨੇ ਗਰੋਥ ਜ਼ਿਆਦਾ ਆ ਵੀਰੇ ਗਰਮੀ 'ਚ ਬਹੁਤ ਔਖੀ ਹੁੰਦੀ ਹੋ ਯਾਰ ਵੀਰੇ ਹਾਂਜੀ ਬਹੁਤ ਜ਼ਿਆਦਾ ਗਰਮੀ ਮੰਨਦੇ ਆ ਸਿਆਲ 'ਚ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਗਰਮੀ 'ਚ ਹੋਣ ਤੋਂ ਮੰਨ ਕੇ ਚਲੋ ਇਹ ਜਾਂ ਤਾਂ ਇਹਨਾਂ ਦੀ ਗਰੂਮਿੰਗ ਕਰਨੀ ਪਊ ਵਾਲ ਕੱਟਣੇ ਪੈਣਗੇ ਬਿਲਕੁਲ ਜਾਂ ਲਾ ਲਓ ਵੀ ਹੁਣ ਤੋਂ ਲੈ ਕੇ ਲਗਭਗ 5-7 ਦਿਨਾਂ ਤੋਂ ਇਹਨਾਂ ਦਾ ਏਸੀ ਸਟਾਰਟ ਹੋ ਜਾਊਗਾ ਜੀ ਅੱਛਾ ਏਸੀ ਸਟਾਰਟ ਹਾਂਜੀ 24 ਘੰਟੇ ਏਸੀ ਚਲਾਉਣਾ ਪਊਗਾ ਨਹੀਂ ਇਹ ਤੌਂਸਣ ਲੱਗ ਜਾਂਦੇ ਨੇ ਅੱਛਾ ਹਾਂਜੀ ਤੇ ਏਸੀ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਿਵੇਂ ਮੰਨ ਲਓ ਵੀ ਕੋਈ ਇੱਦਾਂ ਜਿਵੇਂ ਕੋਈ ਮੈਂ ਸੁਣਿਆ ਜ਼ਿਆਦਾਤਰ ਕਹਿੰਦੇ ਵੀ ਜੇ ਕੁੱਤਿਆਂ ਨੂੰ ਏਸੀ ਲਾਓ ਕਿਉਂਕਿ ਇਹਨਾਂ ਦੇ ਮੂੰਹ ਰਾਹੀਂ ਗਰਮੀ ਨਿਕਲਦੀ ਆ ਵੀ ਫਿਰ ਕਈ ਵਾਰੀ ਨੁਕਸਾਨ ਕਰਦਾ ਏਸੀ ਕਿ ਇਦਾਂ ਦਾ ਕੋਈ ਚੱਕਰ ਤਾਂ ਨਹੀਂ ਸਾਡੇ ਕੋਲ ਤਾਂ ਕੋਈ ਅਸੀਂ ਕਦੇ ਕੋਈ ਫੇਸ ਨਹੀਂ ਕਰਿਆ ਸਾਨੂੰ 3 ਸਾਲ ਹੋ ਗਏ ਏਸੀ ਲਾਏ ਨੂੰ ਅੱਛਾ ਜੀ ਸਾਡੇ ਸਾਰੇ ਡੌਗ ਜਿਹੜੇ ਆ ਗਰਮੀ ਗਰਮੀ ਅਸੀਂ 24 ਘੰਟੇ ਏਸੀ ਔਨ ਰੱਖਦੇ ਆ ਅੱਛਾ ਜੀ ਠੀਕ ਆ ਸਾਨੂੰ ਅਸੀਂ ਕੋਈ ਇਹੋ ਜੀ ਦਿੱਕਤ ਕੋਈ ਫੇਸ ਨਹੀਂ ਕੀਤੀ ਹੈਗੀ ਇਹ ਆਪਣੇ ਹੈਗੇ ਮਤਲਬ ਕਿ ਪੰਜਾਬੀ 'ਚ ਵੈਜੀਟੇਰੀਅਨ ਨੇ ਕਿ ਨੌਨ ਵੈਜੀਟੇਰੀਅਨ ਨੇ ਖਾਣਾ ਪੀਣਾ ਕੀ ਹੈ ਇਹਨਾਂ ਦਾ ਇਹਨਾਂ ਦਾ ਖਾਣਾ ਪੀਣਾ ਮਿਕਸ ਹੀ ਆ ਜੀ ਅੱਛਾ ਜੀ ਨਹੀਂ ਵੀ ਪਾਉਂਦੇ ਆ ਅੱਛਾ ਜੀ ਤੇ ਫੀਡ ਵੀ ਪਾਉਂਦੇ ਆ ਵੈਜੀਟੇਬਲਸ ਵੀ ਪਾਉਂਦੇ ਆ ਅੱਛਾ ਜੀ ਤੇ ਚਿਕਨ ਵੀ ਪਾਉਂਦੇ ਆ ਰਾਈਸ ਵੀ ਪਾਉਂਦੇ ਆ ਅੱਛਾ ਜੀ ਪਲੱਸ ਮਲਟੀ ਵਿਟਾਮਿਨ ਹਾਂਜੀ ਸਪਲੀਮੈਂਟ ਜਿਹੜੇ ਆ ਉਹ ਰੂਟੀਨ 'ਚ ਅਸੀਂ ਦਿੰਦੇ ਰਹਿੰਦੇ ਆ ਉਹ ਜਿਵੇਂ ਮੰਨ ਲਓ ਵੀ ਉਹਦੇ ਜਿਹੜੀਆਂ ਹੋਰ ਗਰੋਥ ਲਈ ਜੁਆਇੰਟਸ ਲਈ ਸਕਿਨ ਲਈ ਬੋਨਸ ਲਈ ਹੇਅਰ ਲਈ ਸਾਰਾ ਕੁਝ ਅਸੀਂ ਉਹ ਦਿੰਦੇ ਰਹਿੰਦੇ ਆ ਟਾਈਮ ਟੂ ਟਾਈਮ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਜਿਵੇਂ ਮੰਨ ਲਓ ਆਹ ਮੈਨੂੰ ਲੱਗਦਾ ਆਪਾਂ ਇਹਦੀ ਗਰੂਮਿੰਗ ਕਰੀ ਹੋਈ ਆ ਜਿਹੜੀ ਆਪਣੀ ਸ਼ੇਟਜੂ ਫਿਰਦੀ ਆ ਇਹ ਐਵੇਂ ਸਾਰੇ ਹੁਣ ਕਟਿੰਗ ਵਾਲੇ ਕੰਮ ਚੱਲੂ ਮੇਰੇ ਲਗਭਗ ਸਾਰੇ ਵਾਲ ਕਟਿੰਗ ਕਰਤੇ ਹਾਂਜੀ ਰੋਜੀ ਰਿਆ ਇਹ ਮੇਰਾ ਸਭ ਤੋਂ ਪਹਿਲਾ ਛੋਟੀ ਬਰੀਡ ਦਾ ਬੱਚਾ ਹੈ ਜੀ ਆ ਜਾ ਉੱਪਰ ਉਹ ਬੱਲੇ ਇਹ ਬਹੁਤ ਸਿਆਣਾ ਬੱਚਾ ਸਾਡਾ ਅੱਛਾ ਜੀ ਸਿਰ ਸਾਡੇ ਕੋਲ ਹੀ ਰਹਿੰਦਾ 24 ਘੰਟੇ ਜੇ ਅਸੀਂ ਕਿਤੇ ਬਾਹਰ ਅੰਦਰ ਵੀ ਜਾਣਾ ਤਾਂ ਸਾਡੇ ਨਾਲ ਹੀ ਜਾਂਦਾ ਇਹ ਨਹੀਂ ਸਹੀ ਹੈ ਸਹੀ ਹਾਂਜੀ ਮੈਂ ਕਹਿੰਦਾ ਜਿਹੜੀ ਮੇਰੇ ਕੋਲੇ ਰੱਖੀ ਹੋਈ ਆ ਉਹ ਇਹਦੀ ਉਹ ਦੋਤੀ ਆ ਸ਼ਾਇਦ ਉਹ ਇਹਦੀ ਦੋਤੀ ਆ ਜੀ ਜਿਹੜੀ ਤੁਹਾਡੇ ਕੋਲ ਹਾਂ ਦੋਤੀ ਆ ਸ਼ਾਇਦ ਹਾਂ ਜੀ ਹਾਂ ਨਹੀਂ ਠੀਕ ਆ ਜੀ ਇਹ ਥੋੜਾ ਜਿਹਾ ਇਹਦੀ ਵਾਲ ਕੱਟਣ ਲੱਗੇ ਸੀ ਇਹਦੀ ਹਾਂਜੀ ਇਹ ਥੋੜਾ ਇਰੀਟੇਟ ਹੋਣ ਲੱਗੀ ਅੱਛਾ ਜੀ ਇਸ ਕਰਕੇ ਫਿਰ ਆ ਵਿੱਚ ਹੀ ਛੱਡੇ ਹੋਏ ਨੇ ਵਾਲ ਉਹ ਡਿਜ਼ਾਈਨ ਦੇ ਹੀ ਪੈ ਗਿਆ ਹਾਂਜੀ ਉਹ ਸੋਹਣਾ ਲੱਗਿਆ ਤਾਂ ਅਸੀਂ ਗਾਹਾਂ ਫਿਰ ਹਲੇ ਕੱਟੇ ਨਹੀਂ ਮੈਂ ਕਿਹਾ 10 ਦਿਨ ਜਿੰਨੇ ਦਿਨ ਗਰਮੀ ਆ ਗਰਮੀ ਨਹੀਂ ਹੁੰਦੀ ਜ਼ਿਆਦਾ ਹਲੇ ਐਵੇਂ ਰਹਿਣ ਦਿੰਦੇ ਆ ਵੀਰੇ ਜ਼ਿਆਦਾ ਫਰੈਂਡਲੀ ਨਸਲ ਇਹ ਆ ਜਾਂ ਤੁਹਾਡੇ ਹਿਸਾਬ ਨਾਲ ਫਰੈਂਡਲੀ ਨਸਲ ਕਿਹੜੀ ਆ ਜ਼ਿਆਦਾ ਜਿਵੇਂ ਤੁਸੀਂ ਹੁਣ ਤੁਸੀਂ 3-4 ਬਰੀਡਿੰਗਾਂ ਦਾ ਕੰਮ ਕਰਦੇ ਹੋ ਦੇਖੋ ਮੇਰੇ ਹਿਸਾਬ ਨਾਲ ਮਾਲਕ ਤੇ ਡਿਪੈਂਡ ਕਰਦਾ ਅੱਛਾ ਜੀ ਕੋਈ ਵੀ ਬਰੀਡ ਅਗਰੈਸਿਵ ਨਹੀਂ ਕਹਿ ਸਕਦੇ ਆਪਾਂ ਹਾਂਜੀ ਇਹ ਤੁਹਾਡੇ ਰੱਖਣ ਤੇ ਡਿਪੈਂਡ ਕਰਦਾ ਅਗਰੈਸਿਵ ਬਰੀਡ ਨੂੰ ਤੁਸੀਂ ਫਰੈਂਡਲੀ ਬਣਾ ਸਕਦੇ ਹੋ ਜਿਹੜੀਆਂ ਫਰੈਂਡਲੀ ਬਰੀਡਸ ਨੇ ਜਿਵੇਂ ਸ਼ਿਰਜੂ ਲਾ ਲਓ ਪੱਗ ਲਾ ਲਓ ਇਹ ਵੀ ਵੱਢਣ ਲੱਗ ਜਾਂਦੇ ਆ ਵਿੱਚ ਤੁਹਾਡੇ ਰੱਖਣ ਖਾ ਤੇ ਫਰਕ ਆ ਕਿਵੇਂ ਤੁਸੀਂ ਉਹਨਾਂ ਨੂੰ ਟ੍ਰੀਟ ਕਰਦੇ ਹੋ ਕਿਵੇਂ ਰੱਖਦੇ ਹੋ ਜੇ ਹੁਣ ਮੰਨ ਲਓ ਕੋਈ ਭੈਣ ਭਰਾ ਆਪਣਾ ਜਿਵੇਂ ਵੀਡੀਓ ਦੇਖਦਾ ਜੇ ਉਹ ਕਹਿੰਦਾ ਵੀ ਮੈਂ ਕੁੱਤਿਆਂ ਦਾ ਕੰਮ ਕਰਨਾ ਜਾਂ ਐਜ਼ ਅ ਰੱਖਣਾ ਹੀ ਆ ਵੀ ਇੱਕ ਸ਼ੌਂਕ ਆ ਉਹਨੂੰ ਤਾਂ ਉਹਨੂੰ ਸ਼ੁਰੂਆਤ ਕਿਹੜੀ ਬਰੀਡ ਤੋਂ ਕਰਨੀ ਚਾਹੀਦੀ ਆ ਸ਼ੁਰੂਆਤ ਤੋਂ ਕਿਸੇ ਵੀ ਨੋਰਮਲ ਬਰੀਡ ਤੋਂ ਜਿਹੜੀ ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮੀ ਨਹੀਂ ਮੰਨਦੀ ਅੱਛਾ ਜੀ ਤੇ ਜਿਹਦੇ ਵਾਲ ਨਹੀਂ ਹੁੰਦੇ ਜ਼ਿਆਦਾ ਨੋਰਮਲ ਜਿਵੇਂ ਲਾ ਲਓ ਪੱਗ ਲਾ ਲਓ ਬੀਗਲ ਲਾ ਲਓ ਠੀਕ ਹੈ ਜੀ ਇਹ ਨੋਰਮਲ ਬਰੀਡਾਂ ਨੇ ਇਹਨਾਂ ਨੂੰ ਰੱਖ ਕੇ ਸਟਾਰਟ ਕਰ ਸਕਦੇ ਨੇ ਜੀ ਓਕੇ ਉਹ ਚਾਹੇ ਆਪਣੇ ਸ਼ੌਂਕ ਲਈ ਰੱਖਣਾ ਸ਼ੌਂਕ ਲਈ ਰੱਖਣਾ ਚਾਹੇ ਬਿਜ਼ਨਸ ਲਈ ਚਾਹੇ ਬਿਜ਼ਨਸ ਰੱਖਣਾ ਮਤਲਬ ਕਿ ਘੱਟ ਦਾ ਸੌਦਾ ਨਹੀਂ ਚਾਹੇ ਬੰਦਾ ਬਿਜ਼ਨਸ ਵੀ ਕਰ ਲਵੇ ਬਿਲਕੁਲ ਨਹੀਂ ਘਾਟੇ ਵਾਲਾ ਜੀ ਮਤਲਬ ਕਿ ਇਹ ਇੱਕ ਕਿਸਮ ਦਾ ਵੀ ਕਹਿ ਲਓ ਵੀ ਇਹਨਾਂ ਨੂੰ ਆਪਾਂ ਨਹੀਂ ਪਾਲਦੇ ਆਪਾਂ ਨੂੰ ਪਾਲਦੇ ਸਹੀ ਗੱਲ ਹੈ ਕਹਿ ਸਕਦੇ ਆਪਾਂ ਸਹੀ ਗੱਲ ਹੈ ਜੀ ਨਹੀਂ ਸਹੀ ਹੈ ਜੀ ਸਹੀ ਆ ਤੇ ਹੁਣ ਆਪਣੇ ਕੋਲ ਸ਼ਿਰਜੂ ਕਿੰਨੀਆਂ ਰੱਖੀਆਂ ਨੇ ਵੀਰੇ ਸ਼ਿਰਜੂ ਸਾਡੇ ਕੋਲ 4 ਮੇਲ ਨੇ ਜੀ ਜਿਹੜੇ ਮੀਟਿੰਗ ਲਈ ਨੇ ਅੱਛਾ ਸਟੱਡ ਨੇ ਹਾਂਜੀ ਸਾਡੇ ਕੋਲ 9 ਤੋਂ 10 ਫੀਮੇਲਾਂ ਨੇ ਜੀ ਜਿਹੜੀਆਂ ਵੱਡੀਆਂ ਨੇ ਅੱਛਾ ਜੀ 9 ਤੋਂ 10 ਜਿਹੜੀ ਬਰੀਡਿੰਗ ਕਰਦੇ ਤੇ ਹੁਣ ਜੇ ਮੰਨ ਲਓ ਮੈਂ ਬੈਸ ਤੁਹਾਡਾ ਨੰਬਰ ਦੇ ਦੂੰਗਾ ਜੇ ਕਿਸੇ ਭੈਣ ਭਰਾ ਨੇ ਕੰਟੈਕਟ ਕਰਨਾ ਹੋਇਆ ਵੀਰ ਨਾਲ ਤਾਂ ਡਾਇਰੈਕਟ ਕੰਟੈਕਟ ਕਰ ਲਿਓ ਤੇ ਮੈਂ ਸਕਰੀਨ ਤੇ ਵੀ ਦੇ ਦੂੰ ਤੇ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਤੇ ਵੀਰੇ ਨਾਲ ਗੱਲਬਾਤ ਕਰ ਲਿਓ ਜੇ ਕਿਸੇ ਨੇ ਰੱਖਣਾ ਕਿਉਂਕਿ ਵੀਰੇ ਦਾ ਬਹੁਤ ਵਧੀਆ ਕੰਮ ਆ ਮੈਂ ਤੁਹਾਨੂੰ ਤੁਸੀਂ ਵੀਡੀਓ ਦੇਖ ਕੇ ਲਈਆਂ ਹੋਣਗੀਆਂ ਅੰਦਰ ਵੀਰੇ ਕੋਲ ਸੋਹਣੇ ਮੈਂਟੇਨ ਰੱਖੇ ਹੋਏ ਨੇ ਡੌਗ ਤੇ ਤੁਸੀਂ ਕਰ ਸਕਦੇ ਹੋ ਵੀਰੇ ਨਾਲ ਕੰਟੈਕਟ ਜੇ ਕੋਈ ਡੌਗ ਜਿਹੜਾ ਲੈਣਾ ਹਾਂਜੀ ਇੱਕ ਗੱਲ ਸੈਕਿੰਡ ਹੋਰ ਮੈਨੂੰ ਜਿਹੜਾ ਜ਼ਿਆਦਾ ਬੈਨੀਫਿਟ ਆ ਜੀ ਵੀਰੇ ਮੈਂ ਪੈਲ ਦੇ ਲੋਕਲ ਮੇਰਾ ਪਿੰਡ ਆ ਵੀਰ ਨੇ ਦੱਸ ਹੀ ਦਿੱਤਾ ਜਿਵੇਂ ਕਿ ਨਵਾਂ ਪਿੰਡ ਵੀਰ ਕਿਸ਼ਨ ਸਿੰਘ ਵਾਲਾ ਹਾਂਜੀ ਤੇ ਮੈਂ ਨਾ ਡਾਕਟਰ ਅਮਨ ਨੇ ਪੈਲ ਸਾਡਾ ਪੈਟ ਕਲੀਨਿਕ ਆ ਉੱਥੇ ਡੌਗ ਕਲੀਨਿਕ ਤੇ ਮੈਂ ਉਹਨਾਂ ਕੋਲ ਹੁੰਦਾ 9 ਤੋਂ ਲਾ ਲਓ 6:30 ਵਜੇ ਤੱਕ ਮੈਨੂੰ ਉਹਨਾਂ ਦੀ ਬਹੁਤ ਸਪੋਰਟ ਰਹਿੰਦੀ ਆ ਟ੍ਰੀਟਮੈਂਟ ਲਈ ਮੈਨੂੰ ਕਿਤੇ ਹੋਰ ਨਹੀਂ ਜਾਣਾ ਪੈਂਦਾ
ਤੇ ਜਿਹੜੀ ਵੀਰੇ ਮੰਨ ਲਓ ਜੇ ਕਿਸੇ ਨੇ ਕੋਈ ਆਪਣੇ ਕੋਲੇ ਮੀਟ ਕਰਾਉਣ ਆਉਣਾ ਮੰਨ ਲਓ ਕਿ ਫੀਮੇਲ ਆਪਣੇ ਕੋਲੇ ਸਟੱਡ ਕਿਹੜੇ ਕਿਹੜੇ ਨਸਲ ਦੇ ਨੇ ਆਪਣੇ ਕੋਲ ਬੀਗਲ ਹੈਗਾ ਜੀ ਸ਼ਿਰਜੂ ਹੈਗਾ ਪੋਮੇਰੀਅਨ ਹੈਗਾ ਰੋਟਵਾਈਲਰ ਹੈਗਾ ਮਤਲਬ ਕਿ ਇਹ ਸਟੱਡ ਆਪਣੇ ਕੋਲ ਇਹ ਚਾਰੋਂ ਸਟੱਡ ਹਾਂਜੀ ਅਵੇਲੇਬਲ ਨੇ ਆਪਣੇ ਅਵੇਲੇਬਲ ਨੇ ਤੇ ਜੇ ਕਿਸੇ ਵੀਰ ਨੇ ਜਣ ਦੀ ਮੀਟ ਕਰਾਉਣ ਦੀ ਹੁੰਦਾ ਤਾਂ ਉਹ ਕਰਾ ਸਕਦਾ ਹਾਂਜੀ ਤੇ ਉਹਦੇ ਜਿਹੜੇ ਸਟੱਡ ਵੀ ਨੇ ਇਹ ਬਹੁਤ ਚੰਗੀਆਂ ਲਾਈਨਾਂ ਦੇ ਨੇ ਕੋਈ ਐਵੇਂ ਨਹੀਂ ਹੈਗੇ ਹਾਂਜੀ ਇਹਨਾਂ ਦੀ ਹਿਸਟਰੀ ਆ ਜੀ ਬੈਕਗ੍ਰਾਉਂਡ ਹੈ ਇਹਨਾਂ ਦਾ ਚੰਗਾ ਅੱਛਾ ਜੀ ਹਾਂਜੀ ਠੀਕ ਹੈ ਜੀ ਕੋਈ ਜਿਵੇਂ ਮੰਨ ਲਓ ਤੁਸੀਂ ਦੱਸਿਆ ਵੀ ਤੁਸੀਂ ਜੌਬ ਕਰਦੇ ਹੋ ਕੰਮ ਤੇ ਜਾਂਦੇ ਹੋ ਹਾਂਜੀ ਕੋਈ ਸਪੈਸੀਫਿਕ ਟਾਈਮ ਹੈਗਾ ਵੀ ਇੰਨੇ ਤੋਂ ਇੰਨੇ ਆਉਣਾ ਜਾਂ ਕੋਈ ਇਦਾਂ ਜਾਂ ਕੋਈ ਦਿਨੇ ਵੀ ਕੋਈ ਆਪਣੇ ਹੈਗਾ ਉਹ ਜਿਹੜਾ ਮੀਟ ਕਰਾ ਦਿੰਦਾ ਮੁੰਡਾ ਪਿੱਛੇ ਨਹੀਂ ਹੋ ਜਾਂਦਾ ਉਹ ਹੋ ਜਾਂਦਾ ਮਤਲਬ ਜੇ ਅੱਗੇ ਪਿੱਛੇ ਵੀ ਆ ਕੋਈ ਦਿਨੇ ਵੀ ਆਉਣਾ ਤਾਂ ਕੋਈ ਮੈਨੂੰ ਉੱਥੇ ਐਡੀ ਬਾਉਂਡੇਸ਼ਨ ਨਹੀਂ ਹੈਗੀ ਮੈਂ ਜਦ ਚਾਹਾਂ ਉੱਥੋਂ ਆ ਸਕਦਾ ਬਿਲਕੁਲ 5-6 ਕਿਲੋਮੀਟਰ ਤੇ ਹੀ ਆ ਪੈੜ ਮੇਰੇ ਓਕੇ ਜਣ ਦੀ ਸਹੀ ਆ ਜੀ ਸਹੀ ਆ ਹਾਂਜੀ ਠੀਕ ਆ ਜੀ ਤੇ ਬਾਕੀ ਮੈਂ ਵੀਰੇ ਦੇ ਪਿੰਡ ਦਾ ਜਿਹੜਾ ਲਿੰਕ ਆ ਉਹ ਵੀ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਜਿਵੇਂ ਲੋਕੇਸ਼ਨ ਵਗੈਰਾ ਅਤੇ ਬਾਕੀ ਵੀਰੇ ਦਾ ਨੰਬਰ ਵੀ ਪਾ ਦੂੰਗਾ ਤੁਸੀਂ ਵੀਰੇ ਨਾਲ ਗੱਲ ਕਰ ਲਿਓ ਅਤੇ ਹੋਰ ਬਾਕੀ ਆਪਾਂ ਹੁਣ ਤੁਹਾਨੂੰ ਜੋ ਉੱਧਰ ਦਿਖਾਉਂਦੇ ਹਾਂ ਵੀਰੇ ਦਾ ਜਿਹੜਾ ਫਾਰਮ ਆ ਜਣ ਦੀ ਜਿਹੜਾ ਕੈਨਲ ਆ ਵੀ ਹਾਂਜੀ ਇੱਕ ਗੱਲ ਹੋਰ ਜੀ ਹਾਂਜੀ ਅਤੇ ਜਿਵੇਂ ਆਪਾਂ ਕਹਿੰਦੇ ਹੋ ਤੁਸੀਂ ਕਿ ਡੌਗ ਸ਼ੋਅ ਕਰਨ ਲਈ ਅਸੀਂ ਸਟਾਰਟ ਕਰਿਆ ਜੀ ਅਤੇ ਕਿਸੇ ਇੱਕ ਵੀਰ ਦਾ ਨਾਂ ਲੈਣਾ ਗਲਤ ਹੋਊਗਾ ਮੇਰਾ ਸਾਰਾ ਜਿਹੜਾ ਸਰਕਲ ਆ ਜਿਹੜੇ ਬਰੀਡਰ ਨੇ ਮੇਰੇ ਭਰਾ ਨੇ ਵੀਰ ਨੇ ਕਿਸੇ ਇਕੱਲੇ ਬੰਦੇ ਦਾ ਨਾਂ ਲੈਣਾ ਗਲਤ ਹੋਊ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਮੈਨੂੰ ਇਹ ਕੰਮ ਲਈ ਸਪੋਰਟ ਕਰਦੇ ਆ ਮੈਨੂੰ ਹੱਲਾਸ਼ੇਰੀ ਦਿੰਦੇ ਆ ਕਿ ਤੁਸੀਂ ਸ਼ੋਅ ਤੇ ਆਪਣਾ ਡੌਗ ਲੈ ਕੇ ਜਾਓ ਕਿ ਬਾਹਰ ਨਿਕਲੋ ਕਿ ਤੁਹਾਡੇ ਕੰਟੈਕਟ ਬਣਨ ਹਾਂ ਜੀ ਹਾਂ ਸਹੀ ਆ ਜਿਹੜੇ ਸਾਨੂੰ ਵੀਰ ਮੈਂ ਤੁਹਾਡੇ ਦੇਖਿਆ ਸਾਂਭ ਸੰਭਾਲ ਉਹ ਚੌਂ ਮੈਂ ਦੇਖਿਆ ਬਹੁਤ ਤੁਸੀਂ ਮੈਂ ਜਾਵਾਂ ਤੁਸੀਂ ਆਇਆ ਤੁਸੀਂ ਉਦੋਂ ਵੀ ਕੰਘਾ ਜਿਹਾ ਕਰਨ ਲੱਗੇ ਹੋਏ ਸੀ ਉਹਨੂੰ ਹਾਂਜੀ ਬਿਲਕੁਲ ਵਧੀਆ ਲੱਗੀ ਉਹ ਚੀਜ਼ ਮੈਨੂੰ ਹਨਾ ਬਿਲਕੁਲ ਜੀ ਜੇ ਵਾਲਾਂ ਵਾਲੀ ਬਰੀਡ ਤੁਸੀਂ ਰੱਖਣੀ ਆ ਤਾਂ ਉਹਨੂੰ ਕਾਫੀ ਟਾਈਮ ਘੰਟਾ ਘੱਟੋ ਘੱਟ ਰੋਜ਼ ਦੇਣਾ ਹੀ ਦੇਣਾ ਪੈਣਾ ਖੇਡ ਹੱਸ ਖੇਡ ਲਈਦਾ ਇਹਨਾਂ ਦਾ ਟੱਪ ਲਈਦਾ ਪਰ ਜਿਹੜਾ ਇਹਨਾਂ ਦੀ ਕੇਅਰ ਲਈ ਬਕਾਇਦਾ ਇਹਨਾਂ ਦੇ ਵਾਲਾਂ ਦੀ ਸਾਂਭ ਸੰਭਾਲ ਲਈ ਉਹਨਾਂ ਟਾਈਮ ਮੈਂ ਤਾਂ ਇਕੱਲੇ ਇਕੱਲੇ ਬੱਚੇ ਲਈ ਨਹੀਂ ਦੇ ਹੁੰਦਾ ਹੈਗਾ ਚਲੋ ਹੁਣ ਆਪਾਂ ਚੱਲੀਏ ਫਿਰ ਉੱਧਰ ਨੂੰ ਦੇਖੀਏ ਹਾਂਜੀ ਠੀਕ ਹੈ ਹਾਂਜੀ ਚਲੋ ਜੀ ਆਹ ਹੁਣ ਆਪਾਂ ਅੰਦਰ ਦੇਖਦੇ ਹਾਂ ਵੀਰੇ ਦਾ ਜਿਹੜਾ ਸਮਾਨ ਆ ਕੁੱਤੇ ਕਿਵੇਂ ਟੇਕ ਕੇਅਰ ਕਰਦਾ ਵੀਰਾ ਆਇਓ ਨਾ ਪੁੱਤ ਆਹ ਜਿਹੜਾ ਸਮਾਨ ਆ ਇਹ ਵੀਰੇ ਹੁਣੀ ਰੱਖਦੇ ਨੇ ਜਿਵੇਂ ਮੰਨ ਲਓ ਮਾੜਾ ਮੋਟਾ ਮੈਡੀਕਲ ਦਾ ਸਮਾਨ ਆ ਜਿਵੇਂ ਕੋਈ ਕੁੱਤੇ ਨੂੰ ਬਿਮਾਰ ਹੋ ਜਾਵੇ ਜਾਂ ਕੁਛ ਇੱਦਾਂ ਇਹ ਕੁਛ ਨਾ ਵੀਰੇ ਹਾਂਜੀ ਥੋੜ੍ਹਾ ਬਹੁਤ ਸਮਾਨ ਪਿਆ ਇੱਧਰ ਬਾਕੀ ਸਮਾਨ ਉੱਧਰ ਆਪਣੇ ਘਰੇ ਆ ਅੰਦਰ ਪਿਆ ਹਾਂਜੀ ਅੰਦਰ ਪਿਆ ਠੀਕ ਆ ਇਹ ਜ਼ਰੂਰੀ ਹੈ ਜਣ ਦੀ ਹਾਂਜੀ ਜ਼ਰੂਰੀ ਹੈ ਲੋੜ ਪੈਂਦੀ ਰਹਿੰਦੀ ਆ ਇਹਦੀ ਰੁਟੀਨ 'ਚ ਹਾਂ ਹਾਂਜੀ ਵਰਤੂ ਲੈਣ ਵਾਲੀ ਜਿਵੇਂ ਮਲਟੀਵਿਟਾਮਿਨ ਵਗੈਰਾ ਮਲਟੀਵਿਟਾਮਿਨ ਹੋ ਗਏ ਸਕਿਨ ਲਈ ਹੋ ਗਿਆ ਬੱਚਿਆਂ ਲਈ ਹੋ ਗਏ ਕੁਛ ਇੱਕ ਲੋਕ ਟੀਕੇ ਆ ਜਿਨ੍ਹਾਂ ਦੀ ਲੋੜ ਪੈਂਦੀ ਆ ਘਰੇ ਆਹ ਚੁੰਗਣੀ ਪਈ ਆ ਇਹ ਬੱਚਿਆਂ ਲਈ ਹੋਇਆ ਜਿਹੜੇ ਬੱਚਿਆਂ ਨੂੰ ਦੁੱਧ ਦੇਣਾ ਪੈਂਦਾ ਜੀ ਕਈ ਵਾਰ ਮਦਰ ਦਾ ਦੁੱਧ ਘੱਟ ਹੁੰਦਾ ਹਾਂਜੀ ਤਾਂ ਫਿਰ ਬੱਚਿਆਂ ਨੂੰ ਪਿਲਾਉਣਾ ਪੈਂਦਾ ਦੁੱਧ ਅੱਛਾ ਜੀ ਅੱਛਾ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਚਲ ਇਹਨਾਂ ਨੂੰ ਬਾਹਰ ਕੱਢੀਏ ਮਾੜਾ ਜਿਹਾ ਹੁਣ ਹਾਂਜੀ ਜ਼ਰੂਰ ਜੀ ਚਲ ਆ ਜੀ ਚਲੋ ਬਈ ਉਹ ਬੱਲੇ 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 ਓਹੋ ਆਇਓ ਇਹ ਸਾਰਿਆਂ ਦੀ ਕਟਿੰਗ ਕਰੀ ਹੋਈ ਹੈ ਹਾਂ ਵੀਰੇ ਹਾਂਜੀ ਅੱਧ ਵਿਚਾਲਾ ਜਾ ਵਿੱਚ ਕੋਈ ਕੱਟੇ ਹੋਏ ਨੇ ਕੁਝ ਰਹਿੰਦੇ ਨੇ ਵਿੱਚ ਜਿੰਨਾ ਜਿੰਨਾ ਕ ਟਾਈਮ ਮਿਲਦਾ ਹੱਥ ਨੂੰ ਫੇਰ ਉਹਨਾਂ ਕੱਟੀ ਜਾਈਦਾ ਜੀ ਓਏ ਹੋਏ ਹੋਏ ਯਾਰ ਆ ਮੈਨੂੰ ਸਾਰਿਆਂ ਨੂੰ ਘੈਂਟ ਲੱਗ ਜਾਂਦਾ ਸਾਲ ਇਹ ਵੱਢਦੇ ਦੇਖ ਲੈ ਕੋਈ ਵੀ ਨਹੀਂ ਵੀਰੇ ਕੋਈ ਨਹੀਂ ਵੱਢੂਗਾ ਜੀ ਦੇਖੋ ਤੁਸੀਂ ਫਸਟ ਟਾਈਮ ਆਇਆ ਇਹਨਾਂ ਕੋਲੇ ਕੋਈ ਵੀ ਨਹੀਂ ਵੱਢੂ ਕੋਈ ਭੌਂਕੂ ਵੀ ਨਹੀਂ ਤੁਹਾਨੂੰ ਵੱਢਣਾ ਤਾਂ ਦੂਰ ਦੀ ਗੱਲ ਆ ਕਮਾਲ ਦੀ ਗੱਲ ਆ ਯਾਰ ਆਓ ਆ ਜਾਓ ਬਈ ਆ ਜਾ ਤੂੰ ਵੀ ਆ ਜਾ ਪੁੱਤ ਤੂੰ ਭਰੀ ਬਹਿ ਗਿਆ ਆ ਜਾ ਉਰੇ ਉਹ ਤੇਰਾ ਭਲਾ ਹੋ ਜੇ ਜੱਸੇ ਤੇ ਜੱਸੇ ਇਹ ਇਹਨਾਂ ਦੀ ਨਹਾਈ ਧੋਈ ਵੀ ਵੀਰੇ ਕਿੰਨੇ ਕੁ ਟਾਈਮ ਬਾਅਦ ਹੁੰਦੀ ਆ ਨਸਲ ਦੀ ਵੀਰੇ ਜੇ ਤਾਂ ਵਾਲ ਨੇ ਜੀ ਫਿਰ ਤਾਂ ਹਫ਼ਤੇ 10 ਦਿਨ ਬਾਅਦ ਤੁਹਾਨੂੰ ਕਰਾਉਣੀ ਪੈਣੀ ਆ ਅੱਛਾ ਜੀ ਟਾਈਮ ਵੀ ਲੱਗਦਾ ਜਿਵੇਂ ਹੁਣ ਇਹਨਾਂ ਦੀ ਕਟਿੰਗ ਹੋ ਗਈ ਜੀ ਫਿਰ ਨਹੀਂ ਇਹਨੂੰ ਟਾਈਮ ਲੱਗਦਾ ਨਲਾਉਣ ਨੂੰ ਅੱਛਾ ਜੀ ਹਾਂਜੀ ਫਿਰ 5-7 ਮਿੰਟ 'ਚ ਹੋ ਜਾਂਦਾ ਸ਼ੈਂਪੂ ਜੀ ਇਹਨਾਂ ਦਾ ਫਿਰ ਜਦ ਵਾਲ ਰੱਖੇ ਹੁੰਦੇ ਆ ਫਿਰ ਨਲਾਉਣ ਨੂੰ ਵੀ ਟਾਈਮ ਲੱਗਦਾ ਸੁਕਾ ਕੇ ਫਿਰ ਬੌਣ ਬੂਣ ਨੂੰ ਜਾਂ ਤਿਆਰ ਕਰਨ ਨੂੰ ਵੀ ਟਾਈਮ ਲੱਗਦਾ ਓਕੇ ਇਹ ਜਣਦੇ ਜਿਵੇਂ ਮੰਨ ਲਓ ਜੇ ਕਿਸੇ ਨੇ ਜਵਾਕ ਵਾਸਤੇ ਰੱਖਣਾ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਨਾ ਬਿਲਕੁਲ ਜੀ ਬਿਲਕੁਲ ਹਨਾ ਦੌੜ ਜੀ ਹੋਆ ਚੱਲ ਪੁੱਤ ਚੱਲ 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 ਭੱਜੋ ਤੁਸੀਂ ਜ਼ਿਆਦਾ ਨਿੱਕੇ ਨਿਕਿਆਨੀ ਦੀ ਚੀਜ਼ ਦਾ ਕੰਮ ਬੜਾ ਕਰਦੇ ਲੱਗਦੇ ਹੋ ਮੈਨੂੰ ਇਹ ਸੌਖੇ ਨੇ ਜੀ ਜੇ ਅਸੀਂ ਕਿਤੇ ਜਾਣਾ ਵੀ ਆ ਹਾਂਜੀ ਜੇ 2-4 ਬੱਚੇ ਨਾਲ ਜਿਹੜੇ ਸਾਡੇ ਰਹਿੰਦੇ ਨੇ ਜ਼ਿਆਦਾ ਜਿਹੜੇ ਉੱਧਰ ਆਪਣੇ ਘਰੇ ਅੰਦਰ ਰਹਿੰਦੇ ਨੇ ਜੀ ਅਸੀਂ ਕਾਰ 'ਚ ਹੀ ਰੱਖ ਕੇ ਲੈ ਜਾਂਦੇ ਹਾਂ ਨਾਲ ਸਾਨੂੰ ਇੱਕ ਵੀ ਆ ਡਿੱਕਾ ਨਹੀਂ ਲੱਗਦਾ ਆਰਾਮ ਨਾਲ ਬੈਠੇ ਰਹਿੰਦੇ ਆ ਜਿੱਥੇ ਅਸੀਂ ਉੱਤਰਦੇ ਹਾਂ ਉੱਤਰ ਕੇ ਨਾਲ ਤੁਰ ਪੈਂਦੇ ਆ ਜਦ ਕਾਰ 'ਚ ਵੜਨਾ ਜਦੇ ਕਾਰ 'ਚ ਨਾਲ ਜੀ ਜਾਣਦੀ ਇਹ ਉਹ ਇੱਕ ਖੁਰਾਕ ਵੀ ਘੱਟ ਹੋ ਇਹਨਾਂ ਦੀ ਮੈਨੂੰ ਲੱਗਦਾ ਥੋੜੀ ਜੀ ਆਮ ਹਾਂਜੀ ਖੁਰਾਕ ਘੱਟ ਆ ਤੇ ਖਾਣ ਕੁਆਲਿਟੀ ਵਾਲੀ ਖੁਰਾਕ ਖਾਂਦੇ ਨੇ ਇਹ ਹਾਂ ਜੀ ਹਾਂ 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 ਨਹੀਂ ਠੀਕ ਹੈ ਤੇ ਆ ਇਹਨਾਂ ਦੇ ਘੁੰਮਣ ਵਾਸਤੇ ਬਣਾਇਆ ਹੋਇਆ ਸਾਰਾ ਏਰੀਆ ਇਹ ਏਰੀਆ ਇਹਨਾਂ ਦੇ ਘੁੰਮਣ ਲਈ ਆ ਜੀ ਤੇ
ਜਿਆਦਾ ਡੰਗ ਮੱਝਾਂ ਮੁੱਝਾਂ ਅੰਦਰ ਚਲੇ ਜਾਂਦੀਆਂ ਨੇ ਫਿਰ ਇੱਧਰ ਵੀ ਛੱਡ ਲੈਂਦੇ ਆ ਇੱਧਰ ਵੀ ਛੱਡ ਲੈਂਦੇ ਹਾਂਜੀ ਤੇ ਜਿਹੜੀ ਉਹ ਏਸੀ ਇਹਨਾਂ ਵਾਸਤੇ ਸਪੈਸ਼ਲ ਹਾਂਜੀ ਏਸੀ ਇਹਨਾਂ ਵਾਸਤੇ ਲਾਇਆ ਹੋਇਆ ਜੀ ਅੱਛਾ ਹੁਣ ਗਰਮੀ ਗਰਮੀ ਜਣ ਦੀ ਨਜ਼ਾਰੇ ਲੈਣਗੇ ਪੂਰੇ ਨਜ਼ਾਰੇ ਲੈਣਗੇ ਹਾਂਜੀ ਠੀਕ ਹੈ ਸੋ ਦੋਸਤੋ ਆਪਾਂ ਅੱਜ ਵੀਰੇ ਕੋਲੇ ਆਏ ਸੀਗੇ ਪਿੰਡ ਨਵਾਂ ਪਿੰਡ ਕਰਕੇ ਆ ਪੈਲ ਦੇ ਨਾਲ ਤੇ ਤੁਹਾਨੂੰ ਵੀਰੇ ਉਹਨਾਂ ਦਾ ਇੱਥੇ ਕੁੱਤਿਆਂ ਦਾ ਕੰਮ ਜਿਵੇਂ ਵੀਰੇ ਉਹਨੂੰ ਕਿਵੇਂ ਰੱਖਦੇ ਨੇ ਰੱਖ ਰਖਾਵ ਆ ਅਤੇ ਕਿਵੇਂ ਸਾਂਭ ਸੰਭਾਲ ਕਰਦੇ ਨੇ ਤੁਹਾਨੂੰ ਸਾਰੀ ਡਿਟੇਲ ਦਿੱਤੀ ਆ ਅਤੇ ਜੇ ਕਿਸੇ ਭੈਣ ਭਰਾ ਨੂੰ ਕੋਈ ਕੁੱਤਾ ਚਾਹੀਦਾ ਹੋਵੇ ਤਾਂ ਵੀਰੇ ਉਹਨਾਂ ਨਾਲ ਕੰਟੈਕਟ ਕਰ ਸਕਦਾ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਵੀਰੇ ਉਹਨੂੰ ਸਾਂਭ ਸੰਭਾਲ ਕਰਦੇ ਨੇ ਜਵਾਕਾਂ ਵਾਂਗੂ ਰੱਖ ਦਿੰਦੇ ਇਹ ਨਹੀਂ ਹੈਗਾ ਕੋਈ ਬਿਜ਼ਨਸ ਸਮਝ ਕੇ ਨਹੀਂ ਚੱਲਦੇ ਕਿਉਂਕਿ ਅੰਦਰ ਵੀ ਮੈਂ ਦੇਖਿਆ ਵੀਰੇ ਦੇ ਘਰ 'ਚ ਪਰਸਨਲੀ ਜਿਹੜੇ ਡੌਗ ਨੇ ਅੰਦਰ ਫਿਰੀ ਜਾਂਦੇ ਸੀਗੇ ਅਤੇ ਤੁਸੀਂ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਵੀਰੇ ਫੋਨ ਆਪਣਾ 24 ਘੰਟੇ ਆਨ ਹੁੰਦਾ ਵੈਸੇ ਤਾਂ ਦਿਨ ਇੱਕ ਟਾਈਮ ਹੈਗੀ ਆ 24 ਘੰਟੇ ਆਨ ਹੁੰਦਾ ਜੀ ਬਸ ਠੀਕ ਆ ਜੇ ਕਿਸੇ ਨੂੰ ਕੋਈ ਚਾਹੀਦਾ ਹੋਵੇ ਤਾਂ ਵੀਰੇ ਨਾਲ ਕੰਟੈਕਟ ਕਰ ਸਕਦਾ ਤੇ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ।